सत श्री अकाल, तुसी देख रहे हो डेली पोस्ट पंजाबी। मैं हाँ मनदीप कौर संधू। पंजाबी गायक श्री बरार के हक विच हुण हर कोई उतरदा होया नजर आ रहा है। पहले एमी विर्क, अफसाना खान, मनकीरत औलक, रणजीत बावा ते नाल नाल होर भी कई कलाकारां ने श्री बरार के हक विच अपनी आवाज़ नू बुलंद किया है। इसे विचकार हुण बब्बू मान होना ने भी अपने फेसबुक के सोशल अकाउंट के उपर जिहड़ा एक लंबी चौड़ी पोस्ट लिख के श्री बराड़ के हक विच जिहड़ा अपना नारा मारिया है। उन्होंने कहा है ना दी नाल सरकार नू भी ठोकवा जवाब दिता है। की लिखते हैं बब्बू मान, एक बार थानू उन्हां दी जिहड़ी पोस्ट है पढ़ के सुना दिंदे आ। बब्बू मान हुणी लंबी चौड़ी पोस्ट विच लिखते ने कि जदों शांतमई प्रदर्शन करन वालियां ते डंडा बरसाउंदा है प्रशासन तां उदों परचा हुंदा प्रशासन ते नहीं, जदों ब्लाक समिति दीआं वोटां च डांग खड़कदी है कि सरकारी धिर ते परचा हुंदा है नहीं, जदों बाय इलैक्शन च सत्ताधारी धिर विरोधी धिर नूं कुटदी है कि सत्ताधारी धिर दे समर्थकां ते परचा हुंदा है नहीं, फिर विचारे कल्ले कलाकारां ते क्यों गाज गिरदी है। ਇਹ ਵਕਤ ਆਪਸ ਵਿੱਚ ਵਿਤਕਰੇ ਦਾ ਨਹੀਂ ਹੈ। ਪ੍ਰਸ਼ਾਸਨ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਜੇ ਕਿਸਾਨ ਬਚੇਗਾ ਤਾਂ ਇਹ ਕਾਨੂੰਨ ਜਿਹੜੇ ਨੇ ਲਾਗੂ ਹੋਊਗਾ। ਆਓ ਪਹਿਲਾਂ ਰਲ ਕੇ ਕਿਸਾਨ ਤੇ ਮਜ਼ਦੂਰ ਬਚਾਈਏ। ਇਹ ਪੰਜਾਬ ਦੇ ਅੰਦਰ ਦੀਆਂ ਚੀਜ਼ਾਂ ਨੂੰ ਛੱਡ ਕੇ ਦਿੱਲੀ ਸਰਕਾਰ ਦੇ ਨਾਲ ਮੱਥਾ ਲਾਈਏ, ਕਿਉਂਕਿ ਪੇਟ ਸਭ ਦੇ ਲੱਗਿਆ, ਰੋਟੀ ਸਭ ਨੇ ਖਾਣੀ ਹੈ। ਇਹ ਰੋਟੀ ਤੁਹਾਡੇ ਮੂੰਹਾਂ ਚੋਂ ਖੋਈ ਜਾ ਰਹੀ ਹੈ। ਆਓ ਰਲ ਕੇ ਆਪਣੀ ਆਬਰੂ ਅਣਖ ਗੈਰਤ ਨੂੰ ਬਚਾਈਏ। ਅਸੀਂ ਸਿਸਟਮ ਨੂੰ ਬੇਨਤੀ ਕਰਦੇ ਹਾਂ ਕਿ ਇਹ ਵਕਤ ਘਰੇਲੂ ਪਰਚਾ ਦਰਜ ਕਰਨ ਦਾ ਨਹੀਂ ਹੈ, ਇਹ ਵਕਤ ਹੈ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਡਟ ਕੇ ਖੜਨ ਦਾ। ਇਹ ਜੰਗ ਜਿੱਤਣ ਤੋਂ ਬਾਅਦ ਸਾਡੇ ਸੀਨੀਅਰ ਕਲਾਕਾਰਾਂ ਨੂੰ ਤੁਹਾਡੇ ਨਾਲ ਬਿਠਾਵਾਂਗੇ, ਤੁਸੀਂ ਜੋ ਵੀ ਨੀਤੀ ਬਣਾਓਗੇ ਉਹ ਸਿਰ ਮੱਥੇ ਪ੍ਰਵਾਨ ਕਰਾਂਗੇ, ਪਰ ਫਿਲਹਾਲ ਬੇਨਤੀ ਹੈ ਇਹਨਾਂ ਨੌਜਵਾਨ ਗਾਇਕਾਂ ਦੇ ਨਾਲ ਨਰਮਾਈ ਵਰਤੀ ਜਾਵੇ, ਵਾਰਨਿੰਗ ਦੇ ਕੇ ਛੱਡ ਦਿੱਤਾ ਜਾਵੇ। ਬੇਈਮਾਨ ਸਮਾਨਾ ਦੇ ਮਾਨ ਬੱਬੂ ਮਾਨ ਨੇ ਇਹ ਜਿਹੜੀ ਪੋਸਟ ਹੈ ਸ਼੍ਰੀ ਬਰਾੜ ਦੇ ਹੱਕ ਵਿੱਚ ਲਿਖੀ ਹੈ। ਹਾਲਾਂਕਿ ਕੱਲ੍ਹ ਵੀ ਜਿਹੜੀ ਸੀ ਇੱਕ ਅਫਵਾਹ ਫੈਲੀ ਹੋਈ ਸੀ ਕਿ ਸ਼੍ਰੀ ਬਰਾੜ ਦੇ ਫਾਦਰ ਸਾਹਿਬ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ, ਪਰ SSP ਪਟਿਆਲਾ ਨੇ ਸੋਸ਼ਲ ਮੀਡੀਆ 'ਤੇ ਗ੍ਰਿਫਤਾਰੀ ਦੀਆਂ ਖਬਰਾਂ ਜਿਹੜੀਆਂ ਸੀ ਖੰਡਨ ਕੀਤਾ ਸੀ। ਉਹਨਾਂ ਨੇ ਕਿਹਾ ਕਿ ਅਫਵਾਹ ਜਿਹੜੀ ਹੈ ਨਾ ਫੈਲਾਈ ਜਾਵੇ, ਉਹਨਾਂ ਨੇ ਚੇਤਾਵਨੀ ਵੀ ਜਿਹੜੀ ਸੀ ਦਿੱਤੀ ਸੀ। ਹਾਲਾਂਕਿ ਤੁਹਾਨੂੰ ਦੱਸ ਦਿੰਦੇ ਹਾਂ ਕਿ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਦੇ ਫਾਦਰ ਸਾਹਿਬ ਦੀ ਜਿਹੜੀ ਗ੍ਰਿਫਤਾਰੀ ਦੀ ਅਫਵਾਹ ਵੀ ਫੈਲੀ ਹੋਈ ਸੀ, ਜਿਸ ਤੋਂ ਬਾਅਦ SSP ਵਿਕਰਮਜੀਤ ਦੁੱਗਲ ਨੇ ਕਿਹਾ ਹੈ ਕਿ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਚੇਤਾਵਨੀ ਦਿੱਤੀ ਹੈ। ਹਾਲਾਂਕਿ ਤੁਹਾਨੂੰ ਦੱਸ ਦਿੰਦੇ ਹਾਂ ਪਟਿਆਲਾ ਪੁਲਿਸ ਵੱਲੋਂ ਇਹ ਕਿਹਾ ਗਿਆ ਕਿ ਨਾ ਤਾਂ ਕੋਈ ਗ੍ਰਿਫਤਾਰੀ ਹੋਈ ਅਤੇ ਨਾ ਹੀ ਜਸ ਬਾਜਵਾ ਨੂੰ ਕੋਈ ਸੰਮਨ ਜਾਰੀ ਕੀਤਾ ਗਿਆ। ਇਸ ਦੇ ਨਾਲ ਤੁਹਾਨੂੰ ਦੱਸ ਦਿੰਦੇ ਕਿ SSP ਦੁੱਗਲ ਨੇ ਵੀ ਕਿਹਾ ਕਿ ਗਾਇਕ ਗੀਤਕਾਰ ਸ਼੍ਰੀ ਬਰਾੜ ਉਰਫ ਪਵਨਦੀਪ ਸਿੰਘ ਦੀ ਗ੍ਰਿਫਤਾਰੀ ਵੀ ਉਹਨਾਂ ਦੇ ਗੀਤ ਜਿਹੜਾ ਜਾਨ ਗੀਤ ਰਿਲੀਜ਼ ਕੀਤਾ ਉਹਨਾਂ ਦੇ ਵੱਲੋਂ, ਸੋ ਪਟਿਆਲਾ ਦੀ ਕਾਨੂੰਨ ਵਿਵਸਥਾ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਗਿਆ, ਲਾ ਕਾਨੂੰਨੀ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਦੇ ਮਾਮਲੇ 'ਤੇ ਜਿਹੜਾ ਉਹਨਾਂ 'ਤੇ ਪਰਚਾ ਦਰਜ ਹੋਇਆ। ਉਹਨਾਂ ਨੇ ਕਿਹਾ ਕਿ ਕਿਸਾਨ ਐਂਥਮ ਜਾਂ ਸੰਘਰਸ਼ ਜਿਸ ਤਰ੍ਹਾਂ ਮੀਡੀਆ ਦੇ ਹਿੱਸੇ ਵਿੱਚ ਇਹ ਕੋਈ ਗਾਣਾ ਆਇਆ ਹੈ ਅਤੇ ਇਹ 'ਤੇ ਕੋਈ ਲੈਣਾ ਦੇਣਾ ਨਹੀਂ ਹੈ, ਪਰ ਜਾਨ ਗੀਤ ਜਿਹੜਾ ਸੀ ਉਹਦੇ ਖਿਲਾਫ ਜਿਹੜਾ ਹਿੰਸਾ ਅਤੇ ਸਮਾਜ ਵਿਰੋਧੀ ਅੰਸਰਾਂ ਨੂੰ ਉਤਸ਼ਾਹਿਤ ਕਰਨ ਵਾਲਾ ਸੀ, ਜਿਸ ਕਰਕੇ 3 ਜਨਵਰੀ ਨੂੰ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ। ਧਾਰਾਵਾਂ ਜਿਹੜੀਆਂ ਨੇ ਦਰਜ ਕੀਤੀਆਂ ਗਈਆਂ ਨੇ, ਉਹਨਾਂ ਨੇ ਭਾਰਤੀ ਦੰਡ ਵਿਧਾਨ ਦੀ ਧਾਰਾ 500, 501, 502, 505, 115, 116, 120B ਤਹਿਤ ਪਰਚਾ ਜਿਹੜਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ FIR ਦਰਜ ਕੀਤੀ ਗਈ ਸੀ, ਉਸ ਤੋਂ ਬਾਅਦ ਸ਼੍ਰੀ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਹੁਣ ਪੰਜਾਬੀ ਗਾਇਕ ਬੱਬੂ ਮਾਨ ਹੋਣਾ ਨੇ ਵੀ ਉਹਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਨੂੰ ਬੁਲੰਦ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਜਿਹੜੇ ਆ ਇਹਨਾਂ ਦੇ ਨਾਲ ਖੜੇ ਹੋਏ ਹਾਂ। ਹਾਲਾਂਕਿ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੱਬੂ ਮਾਨ ਨੇ ਸਰਕਾਰਾਂ ਨੂੰ ਵੀ ਠੋਕਵਾਂ ਜਵਾਬ ਦਿੱਤਾ। ਉਹਨਾਂ ਕਿਹਾ ਕਿ ਜਦੋਂ ਵੋਟਾਂ ਆਉਂਦੀਆਂ ਨੇ ਸੱਤਾਧਾਰੀ ਪਾਰਟੀ ਵਾਲੇ ਦੂਸਰੇ ਵਿਰੋਧੀ ਧਿਰਾਂ ਨੂੰ ਕੁੱਟਦੇ ਨੇ ਤਾਂ ਕੀ ਉਹਨਾਂ ਸਮਰਥਕਾਂ 'ਤੇ ਪਰਚਾ ਦਰਜ ਹੁੰਦਾ ਹੈ? ਨਹੀਂ ਹੁੰਦਾ। ਉਹਨਾਂ ਨੇ ਕਿਹਾ ਕਿ ਜਦੋਂ ਹੋਰ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਦੂਜਿਆਂ 'ਤੇ ਅਤਿਆਚਾਰ ਕੀਤਾ ਜਾਂਦਾ ਕਿ ਤੁਸੀਂ ਉਦੋਂ ਪਰਚਾ ਦਰਜ ਕਰਦੇ ਹੋ, ਨਹੀਂ ਕਰਦੇ ਹੋ ਤਾਂ ਫਿਰ ਕਲਾਕਾਰਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ? ਉਹਨੇ ਕਿਹਾ ਕਿ ਇੱਕ ਵਾਰ ਜਿਹੜਾ ਵਾਰਨਿੰਗ ਦੇ ਕੇ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਫਿਰ ਤੋਂ ਇਹ ਹੱਲ ਜਿਹੜਾ ਮਸਲੇ ਦਾ ਹੋ ਸਕੇ। ਉਹਨਾਂ ਨੇ ਕਿਹਾ ਕਿ
दस देने कि श्री ब्राड़ ने पहला एंथम भी कढ़िया सी किसानी अंदोलन नूं चलदे हुए, बहुत सारे कलाकार उन्हां दे विच शामिल सन, तो वह गीत सुपर डुपर हिट रहा सी। पर जिस तरह जान गी जिहड़ा गीत सी वह पहला रिलीज़ हो चुका सी, बब्बू मान होना दा माफ करना श्री ब्राड़ होना दा पहला जिहड़ा गीत सी वह रिलीज़ हो चुका सी, पर उस तो बाद एंथम जो आता उस तो बाद जी कार्रवाई है श्री ब्राड़ तो होंगी है। सो उस तो बाद जो हम बब्बू मान है ये श्री ब्राड़ के हक में उतरते हुए नजर आते हैं। एक बार फिर तो थानू जो बब्बू मान की पोस्ट जी पढ़ के सुना दें, मैं चाहवागी कि तुसी पोस्ट भी जरूर देखो साड़ी स्क्रीन के उपर, नाल दी नाल मैं पोस्ट पढ़ के फिर तो दोबारा सुनावगी जो बब्बू मान लिखते हुए नजर आते हैं। बब्बू मान ने श्री ब्राड़ के हक में लिखा कि जदों शांतमई प्रदर्शन करने वाले ते डंडा बरसाता है उदों प्रशासन ते परचा हुंदा है नहीं हुंदा, जदों ब्लाक समिति दीआं चोणां च डांग खड़कदी है कि सरकारी धिर ते परचा हुंदा है नहीं, जदों बाय इलैक्शन च सत्ताधारी धिर विरोधी धिर नूं कुटदी है कि सत्ताधारी धिरां ते समर्थकां ते परचा हुंदा है नहीं, फिर विचारे कल्ले कलाकारां ते क्यों डांग गिरदी है, फिर विचारे कल्ले कलाकारां ते क्यों गाज गिरदी है, ये वक्त जिहड़ा है आपस विच वितकरे दा नहीं है, प्रशासन अधिकारियों नूं बेनती है कि जे किसान बचेगा तो कानून लागू होगा, आओ पहला रल के किसान ते मजदूर नूं बचाइए, ये पंजाब दे अंदर दीआं चीज़ां नूं छड़ के दिल्ली सरकार दे नाल मत्था लाइए, क्योंकि पेट सब दे लग्या होया है, रोटी सब ने खानी है, ये रोटी तुहाडी तुहाडे मूहां च खोई जा रही है, आओ रल के अपने आबरू अणख गैरत नूं बचाइए, असीं सिस्टम नूं बेनती करदे हां कि ये जिहड़ा वक्त है घरेलू परचे करन दा नहीं है, ये वक्त है किसानां ते मजदूरां दे नाल डट के खड़न दा, ये जंग जित्तण तों बाद साडे सीनियर कलाकारां नूं तुहाडे नाल बिठावांगे, तुसीं जो भी नीति बनाओगे उह सिर मत्थे प्रवान करांगे, पर फिलहाल बेनती है कि इन्हां नौजवान गायकां दे नाल नरमाई वरती जावे ते वार्निंग दे के छड्ड दित्ता जावे। ਸੋ ਬੱਬੂ ਮਾਨ ਹੋਣਾ ਨੇ ਲੰਬੀ ਚੌੜੀ ਪੋਸਟ ਲੈ ਕੇ ਸ਼੍ਰੀ ਬਰਾੜ ਦੀ ਹਮਾਇਤ ਕੀਤੀ ਹੈ। ਤੁਹਾਨੂੰ ਦੱਸ ਦਿੰਦੇ ਕਿ ਇਸ ਤੋਂ ਪਹਿਲਾਂ ਵੀ ਬੱਬੂ ਮਾਨ ਹੈ ਦਿੱਲੀ ਦੇ ਬਾਰਡਰਾਂ 'ਤੇ ਵੀ ਆਪਣੀ ਹਾਜ਼ਰੀ ਲਵਾ ਚੁੱਕੇ ਨੇ ਕਿਸਾਨੀ ਅੰਦੋਲਨ ਦੇ ਜਿਹੜਾ ਹੈ ਉਹਨਾਂ ਨੇ ਸਮਰਥਨ ਜਿਹੜਾ ਕੀਤਾ ਸੀ, ਅਤੇ ਹੁਣ ਬੱਬੂ ਮਾਨ ਸ਼੍ਰੀ ਬਰਾੜ ਦੇ ਹੱਕ ਵਿੱਚ ਵੀ ਆਏ ਨੇ। ਅਤੇ ਸ਼੍ਰੀ ਬਰਾੜ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਗੀਤ ਜਿਹੜਾ ਰਿਲੀਜ਼ ਹੋਇਆ ਸੀ ਅਤੇ ਉਸ ਤੋਂ ਬਾਅਦ ਜਿਹੜਾ ਉਹਨਾਂ 'ਤੇ ਪਰਚਾ ਦਰਜ ਹੁੰਦਾ ਹੈ। ਹਾਲਾਂਕਿ ਵਾਰ ਵਾਰ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਗੀਤ ਆਏ ਨੇ ਜੋ ਗਨ ਕਲਚਰ ਨੂੰ ਪ੍ਰਮੋਟ ਕਰਦੇ ਨੇ, ਪਰ ਪਹਿਲਾਂ ਜਾਨ ਗੀਤ 'ਤੇ ਕਾਰਵਾਈ ਨਹੀਂ ਹੁੰਦੀ ਹੈ, ਜਿਵੇਂ ਹੀ ਐਂਥਮ ਗੀਤ ਰਿਲੀਜ਼ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜੀ ਕਾਰਵਾਈ ਹੁੰਦੀ ਹੈ ਸ਼੍ਰੀ ਬਰਾੜ 'ਤੇ। ਹਾਲਾਂਕਿ ਕੱਲ੍ਹ ਅਫਵਾਹ ਵੀ ਉੱਡ ਰਹੀ ਸੀ ਕਿ ਸ਼੍ਰੀ ਬਰਾੜ ਦੇ ਪਿਤਾ ਜੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ, ਪਰ ਉਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਸਫਾਈ ਜਿਹੜੀ ਦਿੱਤੀ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਫਿਲਹਾਲ ਇਸ ਮਾਮਲੇ 'ਤੇ ਹੋਰ ਅਪਡੇਟ ਕੀ ਆਵੇਗੀ, ਹਾਲਾਂਕਿ ਬੱਬੂ ਮਾਨ ਹੁਣੇ ਸਮਰਥਨ 'ਚ ਆਏ ਨੇ, ਹੋਰ ਵੀ ਕਲਾਕਾਰ ਸ਼੍ਰੀ ਬਰਾੜ ਦਾ ਸਮਰਥਨ ਕਰ ਰਹੇ ਨੇ, ਅਤੇ ਆਖਿਰਕਾਰ ਇਹ ਮਾਮਲਾ ਨਿਬੜਦਾ ਕਿੱਥੇ ਜਾ ਕੇ ਹੈ ਇਹ ਦੇਖਣਾ ਹਾਲੇ ਬਾਕੀ ਹੋਵੇਗਾ। ਹਰ ਅਪਡੇਟ ਲਗਾਤਾਰ ਡੇਲੀ ਪੋਸਟ ਪੰਜਾਬੀ 'ਤੇ ਸਾਂਝੀ ਕਰਦੇ ਰਹਾਂਗੇ, ਤੁਸੀਂ ਸਾਡੇ ਨਾਲ ਜੁੜੇ ਰਹਿਣਾ ਹੁੰਦੇ ਹੋ। ਅੱਗੇ ਧੰਨਵਾਦ।